ਕਿਹੜੀ ਗੱਲ ਨੂੰ ਲੈ ਕੇ ਆਪਾਂ ਇਕੱਠੇ ਹੋਏ ਹਾਂ ਜੀ? ਪਿਛਲੀ ਦਿਨੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਹਰ ਸਾਲ ਦੀ ਤਰ੍ਹਾਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਇਸ ਹੋਲੇ ਮਹੱਲੇ ਦੇ ਵਿੱਚ ਬੜੀ ਦੁਖਦਾਈ ਘਟਨਾ ਇਹ ਕਿ ਪ੍ਰਦੀਪ ਸਿੰਘ ਜੀ ਖਾਲਸਾ ਤਿਆਰ ਭਾਰਤ ਤਿਆਰ ਨਿਹੰਗ ਸਿੰਘ ਫੌਜਾਂ ਦਾ ਜੋ ਕਤਲ ਹੋ ਜਾਂਦਾ ਹੈ, ਸ਼ਹੀਦ ਹੋ ਜਾਂਦਾ ਹੈ, ਉਹਦਾ ਕੋਈ ਕਾਰਨ ਹੈ? ਕਾਰਨ ਇਹ ਹੈ ਕਿ ਉੱਥੇ ਬਹੁਤ ਜ਼ਿਆਦਾ ਲੋਕ, ਕਈ ਨੌਜਵਾਨ ਬੱਚੇ ਘਰਾਂ 'ਚੋਂ ਆਪਣੇ ਟਰੈਕਟਰ ਟਰਾਲੀਆਂ ਅਤੇ ਜੀਪਾਂ ਅਤੇ ਮੋਟਰਸਾਈਕਲਾਂ ਦੇ ਵਹੀਕਲਾਂ 'ਤੇ ਜਾ ਕੇ DJ ਲਾ ਕੇ ਸ਼ੋਰ ਮਚਾਉਂਦੇ ਨੇ, ਪਟਾਕੇ ਮਰਾਉਂਦੇ ਨੇ। ਅਸੀਂ ਲੰਮੇ ਸਮੇਂ ਤੋਂ ਉੱਥੋਂ ਦੇ DC ਅਤੇ SSP ਅਤੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ, ਸਤਿਕਾਰ ਕਮੇਟੀ ਪੰਜਾਬ, ਮੰਗ ਪੱਤਰ ਦਿੰਦੀ ਆ ਰਹੀ ਹੈ। ਮੰਗ ਪੱਤਰ ਦੇ ਵਿੱਚ ਅਸੀਂ ਇਹੋ ਚੀਜ਼ਾਂ ਲਿਖਦੇ ਸਾਂ ਕਿ ਜਿਹੜੀ ਉੱਥੇ ਮਨਮੱਤ ਹੁੰਦੀ ਹੈ ਉਹਨੂੰ ਰੋਕਿਆ ਜਾਵੇ, ਪਰ ਰੋਕਣ ਦੀ ਥਾਂ 'ਤੇ ਜਿਹੜਾ ਅੱਜ ਉੱਥੇ ਦੁਖਦਾਈ ਘਟਨਾ ਵਾਪਰੀ ਹੈ, ਇਹਨੇ ਸਿੱਖਾਂ ਦੇ ਹਿਰਦਿਆਂ ਨੂੰ ਉਲੁੰਦਰ ਕੇ ਰੱਖ ਦਿੱਤਾ ਹੈ। ਅਤੇ ਦੂਸਰੇ ਬੰਨੇ ਜਿਹੜਾ ਜਥੇਦਾਰ ਬਾਦਲ ਪਰਿਵਾਰ ਨੇ ਬਣਾਇਆ ਹੈ, ਉਹ ਸਿਆਸੀ ਰੋਟੀਆਂ ਛੇਕ ਰਿਹਾ ਹੈ। ਕੋਈ ਵੀ ਉਸ ਪਰਿਵਾਰ ਦੇ ਨਾਲ ਸ਼ਰੀਕ ਨਹੀਂ ਬਣਿਆ। ਅਤੇ ਇੱਥੇ ਅਸੀਂ ਸਰਕਾਰ ਦਾ ਨਹੀਂ ਕਹਿ ਸਕਦੇ, ਅਸੀਂ ਕਹਿ ਸਕਦੇ ਹਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਉੱਥੇ ਪ੍ਰਬੰਧ ਹੈ ਉਹ ਇਸ ਵੇਲੇ ਨਾਕਾਮ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੁਰਦਿਆਂ ਦੀ ਹੋ ਗਈ ਹੈ। ਅੱਜ ਸਾਨੂੰ ਇਹ ਆਵਾਜ਼ ਨੂੰ ਬੁਲੰਦ ਕਰਨਾ ਪੈਣਾ ਹੈ, ਕਿਉਂਕਿ ਉੱਥੇ ਵਿਸਾਖੀ ਦਾ ਵੀ ਬਹੁਤ ਵੱਡਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ, ਜੋੜ ਮੇਲਾ ਮਨਾਇਆ ਜਾਂਦਾ ਹੈ, ਪਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਿਲਕੁਲ ਇੱਧਰ ਧਿਆਨ ਉਹਨੇ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਥੇਦਾਰ ਬਾਬਾ ਅਜੀਤ ਸਿੰਘ ਦਿਆਰਪੁਰ ਵਾਲਿਆਂ ਨੇ ਸੁੱਤੇ ਸਿੱਧ ਜੰਕਾਰਾ ਲਾ ਦਿੱਤਾ। ਜੰਕਾਰਾ ਲਾਉਂਦਿਆਂ ਸਾਰ ਹੀ ਉਹਨਾਂ ਨੂੰ 50 ਨੰਬਰ ਕਮਰੇ 'ਚ ਖੜ ਕੇ ਬੜਾ ਜਲੀਲ ਕੀਤਾ ਗਿਆ, ਬੜੇ ਉਹੋ ਜਿਹੇ ਲਫ਼ਜ਼ ਬੋਲੇ ਗਏ ਜਿਹੜੇ ਦੱਸਣ ਦੇ ਬਾਹਰੀ ਨੇ। ਪਰ ਜੇ ਕਹਿੰਦੇ ਨੇ ਕਿ ਹਰਿਮੰਦਰ ਸਾਹਿਬ ਦੇ ਅੰਦਰ ਮਰਜ਼ਾਦਾ ਹੈ, ਕੋਈ ਜੰਕਾਰਾ ਨਹੀਂ ਲਾ ਸਕਦਾ, ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੀ ਮਰਜ਼ਾਦਾ ਹੈ ਕਿ ਉੱਥੇ ਕੋਈ ਭੰਗ ਵਾਲੇ ਗਲਾਸ, ਸੁੱਖੇ ਵਾਲੀਆਂ ਟਿੱਕੀਆਂ ਅਤੇ ਨਸ਼ੀਲਾ ਪਦਾਰਥ ਨਹੀਂ ਸੀ ਵਿਕ ਸਕਦਾ, ਪਰ ਉੱਥੇ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਕੇਵਲ ਇਹ ਗੋਲਕ ਗਿਣਤਾ ਸੀਮਤ ਰਹਿ ਗਈ ਹੈ, ਅਤੇ ਜਾਂ ਜਿਹੜੀਆਂ ਉੱਥੇ ਠੇਕੇ ਦੇ ਦੁਕਾਨਾਂ ਦਿੱਤੀਆਂ ਨੇ, ਜਿਹਦਾ ਕਰੋੜਾਂ ਰੁਪਈਆ ਸਾਲ ਦਾ ਠੇਕਾ ਆ ਰਿਹਾ ਸ਼੍ਰੋਮਣੀ ਕਮੇਟੀ ਨੂੰ, ਜਿਹਨੇ ਠੇਕਾ ਦਿੱਤਾ ਹੈ, ਉਹ ਭਾਵੇਂ ਉੱਥੇ ਸ਼ਰਾਬ ਵੇਚੇ, ਭਾਵੇਂ ਉਹ ਸੁੱਖੇ ਵਾਲੀਆਂ ਟਿੱਕੀਆਂ ਵੇਚੇ, ਜਦੋਂ ਇਹਨਾਂ ਨੇ ਉੱਥੇ ਕੋਈ ਮਰਜ਼ਾਦਾ ਨਹੀਂ ਰੱਖੀ। ਅੱਜ ਸਤਿਕਾਰ ਕਮੇਟੀ ਪੰਜਾਬ ਜਿਹੜੀ, ਇਹ ਤਾਂ ਜਿਹੜੇ ਜਥੇਦਾਰ ਬਿਆਨ ਦੇ ਰਿਹਾ ਹੈ, ਕੁਝ ਹੋਰ ਦੇ ਰਹੇ ਨੇ ਕਿ ਪ੍ਰਦੀਪ ਸਿੰਘ ਜੀ ਖਾਲਸਾ ਤਿਆਰ ਭਾਰਤ ਤਿਆਰ ਸਿੰਘ ਕਨੇਡਾ ਦੇ ਵਿੱਚ ਉਹਨੇ ਆਪਣੇ ਘਰ ਨਿਹੰਗਾਂ ਸਿੰਘਾਂ ਦੇ ਨਾਂ 'ਤੇ ਛਾਉਣੀ ਬਣਾਈ ਹੈ ਬੁੱਢੇ ਦਲ ਦੀ, ਫਿਰ ਉਹਨੇ ਆਪਣੇ ਘਰ ਵਿੱਚ ਸ਼ਸਤਰ ਵੀ ਸਜਾਏ ਨੇ, ਉਹ ਆਪਣੀ ਜੇ ਕਿਰਤ ਵੀ ਕਰਦਾ ਅਤੇ ਬਾਣੇ ਵਿੱਚ ਰਹਿ ਕੇ ਕਰਦਾ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਨੇਡਾ ਦੇ ਵਿੱਚ ਵੀ ਕਰ ਰਿਹਾ, ਪਰ ਭਾਵੇਂ ਆਮ ਸਿੱਖ ਹੋਵੇ ਬਾਣਾ ਨਹੀਂ ਪਾਇਆ ਉਹਨੇ, ਅਤੇ ਬਾਣਾ ਤਿਆਰ ਭਰ ਤਿਆਰ ਸੀ ਸਾਰੀਆਂ ਨਿਹੰਗ ਜਥੇਬੰਦੀਆਂ ਨੂੰ ਉਸਦੇ ਪਰਿਵਾਰ ਦੇ ਨਾਲ ਅਤੇ ਉਹ ਪ੍ਰਦੀਪ ਸਿੰਘ ਖਾਲਸੇ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਸੀ, ਜਿਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਕਾਤਲਾਂ ਨੂੰ ਸਹੀ ਤਰੀਕੇ ਨਾਲ ਨਹੀਂ ਲੱਭ ਰਹੀ। ਅਸੀਂ ਜਲਦ ਹੀ ਇੱਕ ਵੱਡਾ ਪ੍ਰੋਗਰਾਮ ਦੇਵਾਂਗੇ, ਕਿਉਂਕਿ ਸਰਕਾਰ ਅਤੇ ਪੰਜਾਬ ਪੁਲਿਸ ਜਲਦ ਹੀ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਨੂੰ ਫੜ ਕੇ, ਜਿਹੜੇ ਅਸਲ ਦੋਸ਼ੀ ਨੇ, ਜਿਨ੍ਹਾਂ ਨੇ ਕੇਸਾਂ ਤੋਂ ਫੜ ਕੇ ਦੋਨੋਂ ਉਹਨੂੰ ਧੋਇਆ ਵੀ ਗਿਆ ਹੈ, ਠੁੱਡ ਵੀ ਮਾਰੇ ਗਏ ਨੇ, ਬਰਛੇ ਮਾਰ ਕੇ, ਛੁਰੇ ਮਾਰ ਕੇ ਉਹਦਾ ਕਤਲ ਕੀਤਾ ਹੈ, ਉਹ ਜਿੰਨੇ ਵੀ ਕੈਮਰੇ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਅਸਲ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟਣਾ ਚਾਹੀਦਾ ਹੈ। ਇੱਕ ਜੀ ਵੀਡੀਓ ਜਿਹੜੀ ਹੈ ਉਹ ਆ ਰਹੀ ਹੈ, ਇੱਕ ਔਰਤ ਹੈ ਉਹਦੇ ਪਤੀ ਜਿਹੜਾ ਦਾਖਲ ਹੈ PGI ਦੇ ਵਿੱਚ, ਅਤੇ ਉਹਦਾ ਕਹਿਣਾ ਹੈ ਕਿ ਜਿਹੜੇ ਨਿਹੰਗ ਸਿੰਘ ਦੇ ਆਪਾਂ, ਉਹਦੇ ਬਾਰੇ ਤੁਹਾਨੂੰ ਪਤਾ ਹੈ? ਉਹ ਜੀ ਉਹਦੀ ਕੋਈ ਵੀਡੀਓਗ੍ਰਾਫੀ ਨਹੀਂ ਆਈ, ਪ੍ਰਸ਼ਾਸਨ ਅਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਮੇਰੇ ਹਿਸਾਬ ਨਾਲ ਜਿਹੜੀ ਬੀਬੀ ਹੈ ਉਹਨੂੰ ਜ਼ਰੂਰ ਬੁਲਾ ਸਕਦੇ ਨੇ ਆਪਣੇ ਹੱਥਾਂ 'ਚ ਲੈ ਕੇ ਕਿ ਤੁਸੀਂ ਆਹ ਲਫ਼ਜ਼ ਬੋਲੋ, ਕਿਉਂਕਿ ਬਦਨਾਮੀ ਬਹੁਤ ਹੋ ਗਈ ਹੈ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਕਿਉਂਕਿ ਲੰਮੇ ਸਮੇਂ ਤੋਂ ਨਾਕਾਮ ਹੋ ਚੁੱਕੀ ਹੈ, ਉਹ ਜਿਹੜੀ ਗੱਲ ਹੈ ਜੇ ਕਿਉਂਕਿ ਉਹਨੇ ਉਹਨਾਂ ਨੂੰ ਡੱਕਿਆ ਵਾ ਜਿਹੜੇ ਉੱਥੇ DJ ਲਾ ਕੇ ਲੜਕੀਆਂ ਨੂੰ ਛੇੜਛਾੜ ਰਹੇ ਸਨ, ਕਿਉਂਕਿ ਉਹਦੇ ਨਾਲ ਦਾ ਇੱਕ ਗੁਰਦਰਸ਼ਨ ਸਿੰਘ ਸਿੰਘ ਜਿਹੜਾ ਉਹ ਵੀ ਕਨੇਡਾ ਤੋਂ ਤਿਆਰ ਭਰ ਤਿਆਰ ਨਾਲ ਆਇਆ ਵਾ, ਉਹਨੇ ਦਾਸ ਨਾਲ ਮਿਲ ਕੇ ਗੱਲ ਕੀਤੀ ਹੈ ਕਿ ਉੱਥੇ ਲੜਕੀਆਂ ਨੂੰ ਛੇੜਿਆ ਜਾ ਰਿਹਾ ਸੀ, ਪਟਾਕੇ ਮਰਵਾਏ ਜਾ ਰਹੇ ਸਨ ਅਤੇ ਗਾਣੇ ਲਾ ਕੇ ਅਤੇ ਭੰਗੜੇ ਵੀ ਪਾਏ ਜਾ ਰਹੇ ਸਨ, ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਸਮਝਾਇਆ ਜਾ ਰਿਹਾ ਸੀ, ਅਤੇ ਉਹਨੂੰ ਇਕੱਲੇ ਨੂੰ ਵੇਖ ਕੇ
काफ़ी मंडीर से उन्होंने फड़ के केसों तो पहला धोया कुटिया भी फिर वो फड़ के बरछे तो वार कर दते। देखो जी जिहड़ा तुसीं गल कीती वी SGPC दा उह असीं मनदे हां, कोई दुकानां दे दित्तियां ते नहीं ध्यान दित्ता वी की उत्थे काम हो रहा की नहीं हो रहा, लेकिन प्रशासन वल्लों उत्थे जदों वी कोई वड्डा मेला इहो जी थां ते लगदा आनंदपुर साहब होवे जां हरिमंदर साहब होवे जां किते वी होवे, प्रशासन दी 100-100 बंदा जिहड़ा पुलिस दा जिहड़ा उह चार दुआरे जिहड़ा उत्थे खिला रहा हुंदा, उहनां ने इन्ना कुछ हो गया पुलिस दा इक बंदा नहीं पहुंचिया उत्थे। देखो जी पुलिस भी जिहड़ी आ मेलियां दे विच असीं वी जदों जांदे आ असीं शराब दीआं बोतलां उत्थे फड़दे रहे आ, फड़ के तो पुलिस जो कहीदा कि भाई साहब जी हुण तां मेरी ड्यूटी नहीं, यह चौंकी इंचार्ज नूं फोन करो जां SHO नूं फोन करो, साडी ड्यूटी लगी है क्योंकि ट्रैफिक दे विच रुकावट ना आवे, ते उह जिहड़े मुलाजम बाहरों ड्यूटियां लाईआं जांदियां ने उह अपनी ड्यूटी नूं ड्यूटी नहीं समझदे ने, बड़ी वड्डी कोताही होई है प्रशासन वल्लों वी, जेकर उत्थे लड़ाई झगड़ा हुंदा अग्गे हो के छड़ा दिंदे ते मेरे हिसाब नाल कतल नहीं सी होणा बचा हो जाणा सी, पर असीं इह जिहड़ा होया उत्थे कतल ਇਹ ਸਿੰਘ ਨੂੰ ਇੱਕ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਸ਼੍ਰੋਮਣੀ ਕਮੇਟੀ ਪਹਿਲ ਦੇ ਆਧਾਰ 'ਤੇ ਇਹ ਸਿੰਘ ਦੀ ਜਾਇਬ ਘਰ ਦੇ ਵਿੱਚ ਕਿਉਂਕਿ ਫੋਟੋ ਲਾਈ ਜਾਵੇ, ਕਿਉਂਕਿ ਇਹ ਕ੍ਰਿਤੀਆਂ ਦੇ ਉੱਥੇ ਜਿਹੜੀਆਂ ਹੋ ਰਹੀਆਂ ਸਨ ਮਨਮੱਤਾਂ ਹੋ ਰਹੀਆਂ ਸਨ ਉਹਨੂੰ ਰੋਕਣ ਵਾਸਤੇ ਇਹਨੇ ਸਿੰਘ ਨੇ ਸੰਘਰਸ਼ ਕੀਤਾ, ਜੇਕਰ ਕਿਉਂਕਿ ਮੂਸੇ ਵਾਲੇ ਦੀ ਮੌਤ ਹੋਈ ਅਤੇ ਸ਼੍ਰੋਮਣੀ ਕਮੇਟੀ ਪੱਬਾਂ ਭਰ ਜਾ ਕੇ ਉੱਥੇ ਕਹਿ ਰਹੀ ਹੈ ਕਿ ਅਸੀਂ ਸਾਰਾ ਪ੍ਰਬੰਧ ਲਵਾਂਗੇ, ਲੰਗਰਾਂ ਤੱਕ ਇਹਨਾਂ ਨੇ ਜ਼ਿੰਮੇਵਾਰੀਆਂ ਲਈਆਂ, ਅੱਜ ਤੱਕ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਉਸ ਪਰਿਵਾਰ ਦੇ ਨਾਲ ਸ਼ਰੀਕ ਨਹੀਂ ਬਣਿਆ। ਕੱਲ੍ਹ ਭਾਈ ਮਨਜੀਤ ਸਿੰਘ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਵਿਖੇ ਇਸੇ ਮਸਲੇ ਨੂੰ ਲੈ ਕੇ, ਵੀ ਅਸੀਂ ਸਾਡੇ ਚੈਨਲ ਵੱਲੋਂ ਵੀ ਬੜੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਇਸ ਮੁੱਦੇ ਨੂੰ ਕਿ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੌਰਨ ਜਿਹੜਾ ਨਾ ਹੁਕਮਜਾਮਾ ਜਿਹੜਾ ਜਾਰੀ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੈ ਕੇ, ਵੀ ਕੋਈ ਆ ਫੁਕਰਾਪਨ ਜਾਂ DJ ਜਾਂ ਹੋਰ ਦੂਜੀਆਂ ਤੀਜੀਆਂ ਜਿਸ ਤਰ੍ਹਾਂ ਲਗਾ ਕੇ ਜਾਂਦੇ ਨੇ ਮੋਟਰਸਾਈਕਲਾਂ 'ਤੇ ਜਾਂ ਦੂਜੇ, ਉਹ ਬਿਲਕੁਲ ਬੰਦ ਹੋਣੇ ਚਾਹੀਦੇ ਧਾਰਮਿਕ ਤੌਰ 'ਤੇ ਵੀ ਅਤੇ ਪ੍ਰਸ਼ਾਸਨਿਕ ਤੌਰ 'ਤੇ ਵੀ ਇਹਦੇ ਵਾਸਤੇ ਟ੍ਰੈਫਿਕ ਵੱਲੋਂ ਵੀ ਪੁਲਿਸ ਵੱਲੋਂ ਵੀ ਜਿਹੜਾ ਸਖਤ ਰੂਲ ਬਣਾਏ ਜਾਣ। 2 ਤਰੀਕ ਨੂੰ ਅਸੀਂ ਜਥੇਬੰਦੀਆਂ ਵੱਲੋਂ SSP ਰੂਪਨਗਰ ਨੂੰ ਅਤੇ DC ਰੂਪਨਗਰ ਨੂੰ ਮੈਡਮ ਨੂੰ ਦਾਸ ਨੇ ਲਿਖਤੀ ਰਿਟਰਨ ਫੋਨ 'ਤੇ ਵੀ ਜਾ ਕੇ 2 ਤਰੀਕ ਜਿਹੜੀ ਲੰਘ ਕੇ ਗਈ ਆ ਹੋਲੇ ਮਹੱਲੇ 2 ਮਾਰਚ ਨੂੰ ਮੰਗ ਪੱਤਰ ਭੇਜਿਆ ਉਹਨਾਂ ਦੇ ਮੋਬਾਈਲਾਂ ਦੇ ਉੱਤੇ, ਮੰਗ ਪੱਤਰ 'ਚ ਬਕਾਇਦਾ ਲਿਖਿਆ ਹੋਇਆ ਕਿ ਜਿਹੜੀਆਂ ਹੁਲੜਬਾਜ਼ੀਆਂ ਹੋ ਰਹੀਆਂ ਉਹਨੂੰ ਰੋਕਿਆ ਜਾਵੇ, ਜੇਕਰ ਪ੍ਰਸ਼ਾਸਨ ਰੋਕਦਾ ਤਾਂ ਸਾਡੇ ਕਈ ਜਿਹੜੇ ਨੇ ਨੌਜਵਾਨ ਉਹ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਦੇ, ਉਹ ਕਹਿੰਦੇ ਤੁਸੀਂ ਆਣ ਕੇ ਆਪ, ਕਿਉਂਕਿ ਅਸੀਂ ਹਰ ਸਾਲ ਜਾ ਕੇ ਉੱਥੇ ਇੱਕ ਚੀਜ਼ਾਂ ਰੋਕਦੇ ਸੀ, ਪਰ ਐਰਕੀ ਮੋਰਚਾ ਲੱਗਣ ਦੇ ਕਰਕੇ ਹੁਕਮਨਾਮੇ ਤਾਂ ਜਾਰੀ ਹੋ ਜਾਣਗੇ ਪਰ ਲਾਗੂ ਕਿਹਨਾਂ ਨੇ ਕਰਾਉਣੇ ਨੇ, ਕਿਉਂਕਿ ਲਾਗੇ ਹੀ ਇੱਕ ਜੀਵਨ ਸਿੰਘ ਚਤਰ ਸਿੰਘ ਵਾਲਾ ਜਿਹੜਾ ਹੁਕਮਨਾਮੇ ਦੀਆਂ ਧੱਜੀਆਂ ਡਾ ਰਿਹਾ ਲਾਗੇ ਬਹਿ ਕੇ ਹੀ, ਅਤੇ ਇਹ ਹੁਕਮਨਾਮੇ ਕਿਹੜੇ ਲਾਗੂ ਕਰਾਉਣਗੇ, ਲਾਗੂ ਜਿਹਨਾਂ ਨੇ ਕਰਾਉਣੇ ਉਹ ਤਾਂ ਇਸ ਵੇਲੇ ਕੁੰਭ ਦੀ ਨੀਂਦੇ ਸੁੱਤੇ ਹੋਏ ਨੇ, ਇਹ ਤਾਂ ਗੁਰੂ ਦਾ ਖਾਲਸਾ ਵਿਸਾਖੀ ਤੋਂ ਪਹਿਲਾਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਹੁੱਲੜਬਾਜ਼ ਉੱਥੇ ਸਾਨੂੰ ਵੱਜ ਗਿਆ ਅਸੀਂ ਬਿਲਕੁਲ ਲਿਹਾਜ਼ ਨਹੀਂ ਕਰਾਂਗੇ, ਭਲਕੇ ਇਹ ਨਾ ਕਿਹੋ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਵਾ, ਅਸੀਂ ਆਨੰਦਪੁਰ ਸਾਹਿਬ ਦੀ ਜਿਹੜੀ ਮਰਜ਼ਾਦਾ ਉਹਨੂੰ ਕਾਇਮ ਜ਼ਰੂਰ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮਨੀਕਰਨ ਸਾਹਿਬ ਵਾਲੀ ਘਟਨਾ ਵੀ ਹੋਈ ਹੈ, ਮਨੀਕਰਨ ਪੱਥਰਬਾਜ਼ੀ ਹੋਈ ਹੈ, ਉੱਥੇ ਵੀ ਜਿਹੜੇ ਅਸੀਂ ਮੁੰਡੇ ਗਏ ਨੇ ਕਿਹਾ ਜਾ ਰਿਹਾ ਵੀ ਉਹਨਾਂ ਦਾ ਕੋਈ ਉੱਥੇ ਹਿਮਾਚਲੀਆਂ ਦਾ ਕੋਈ ਮੰਦਰ 'ਚ ਪ੍ਰੋਗਰਾਮ ਚੱਲ ਰਿਹਾ ਸੀ, ਚਲੋ ਜੋ ਵੀ ਸੀ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜਾ ਕੇ ਉਹਨਾਂ ਨੇ ਹੁੱਲੜਬਾਜ਼ੀ ਕੀਤੀ ਹੈ, ਲੜਕੀਆਂ ਨੂੰ ਛੇੜਿਆ, ਤਾਂ ਇੱਥੋਂ ਤੱਕ ਗੱਲ ਜਿਹੜੀ ਦੱਸੀ ਜਾ ਰਹੀ ਜਿਹੜੇ ਪੰਜਾਬ ਤੋਂ ਮੁੰਡੇ ਗਏ ਨੇ ਉੱਥੇ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਫਿਰ ਉਹਨਾਂ ਨੂੰ ਕੁੱਟਿਆ ਅਤੇ ਫਿਰ ਇਹਨਾਂ ਨੇ ਪੱਥਰ ਉਹਨਾਂ ਨੇ ਪੱਥਰਬਾਜ਼ੀ ਕੀਤੀ ਹੈ, ਔਰ ਜਿਹੜੇ ਉੱਥੇ ਲੋਕ ਸੀ ਉਹ ਕਹਿੰਦੇ ਉੱਥੇ 84 ਵਾਲਾ ਮਾਹੌਲ ਜਿਹੜਾ ਬਣਨ 'ਤੇ ਆ ਗਿਆ ਸੀ, ਔਰ ਉਹਦਾ ਕਾਰਨ ਮੇਨ ਕਿ ਅਸੀਂ ਉਹਨਾਂ ਦੇ ਉਹਨਾਂ ਨੂੰ ਜਾ ਕੇ ਛੇੜਿਆ ਪਹਿਲੇ, ਹੈ ਨਾ, ਇਹ ਕਿਸ ਤਰ੍ਹਾਂ ਸਮਝਦੇ ਹੋ ਸਾਰੇ? ਦੇਖੋ ਜੀ ਮੈਂ ਤਾਂ ਜਿਹੜੇ ਪੰਜਾਬ ਦੇ ਨੌਜਵਾਨ ਬੱਚੇ ਆਨੰਦਪੁਰ ਸਾਹਿਬ ਜਾਂਦੇ ਨੇ, ਮਣੀਕਰਨ ਸਾਹਿਬ ਜਾਂਦੇ ਨੇ, ਹੇਮਕੁੰਟ ਸਾਹਿਬ ਜਾਂਦੇ ਨੇ, ਕਿਹੋ ਯਾਤਰਾ 'ਤੇ ਜਾਂਦੇ ਨੇ, ਉਹਨਾਂ ਦੇ ਮਾਪਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਲੈਣ ਅਤੇ ਚੰਗੇ ਰਹਿ ਜਾਵਾਂਗੇ, ਨਹੀਂ ਤਾਂ ਬੜੀ ਵੱਡੀ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ। ਕੋਈ ਅਗਲੇ ਸਾਲ ਡਰਦਾ ਆਪਣੇ ਬੱਚਿਆਂ ਨੂੰ ਆਨੰਦਪੁਰ ਸਾਹਿਬ ਭੇਜਣ ਨੂੰ ਤਿਆਰ ਨਹੀਂ ਹੋਵੇਗਾ ਬਾਹਰੋਂ ਜਿਹੜੇ ਦੇਸ਼ ਤੋਂ, ਕਿਉਂਕਿ ਇਹ ਵੀ NI ਵੀਰ ਕਨੇਡਾ ਤੋਂ ਆਇਆ ਹੋਇਆ ਸੀ, ਮਨਦੀਪ ਸਿੰਘ ਜੀ ਜਿਹੜਾ ਆਪਣਾ ਖਾਲਸਾ ਤਿਆਰ ਭਰ ਤਿਆਰ ਪ੍ਰਦੀਪ ਸਿੰਘ ਖਾਲਸਾ ਜਿਹੜਾ ਤਿਆਰ ਭਰ ਤਿਆਰ ਹੋ ਕੇ ਉੱਥੋਂ ਆਇਆ ਸੀ, ਉਹ ਕੀ ਅਸੀਂ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਆਉਂਦੇ ਨੇ ਹੋਲਾ ਮਹੱਲਾ ਵੇਖਣ ਵਾਸਤੇ, ਉਹ ਬਿਲਕੁਲ ਐਵਲੇ ਡਰ ਦਾ ਸਹਿਮ ਬਣੇ ਪਏ ਨੇ। ਇਹ ਪ੍ਰਸ਼ਾਸਨ ਨੂੰ ਕਿ ਜਿਹੜੀ ਸ਼੍ਰੋਮਣੀ ਕਮੇਟੀ ਕੋਲ ਪ੍ਰਬੰਧ ਹੈ ਉੱਥੋਂ ਦੇ ਜਥੇਦਾਰ ਜਿਹੜਾ ਰਘਬੀਰ ਸਿੰਘ ਜੀ ਕੁੰਭ ਦੀ ਨੀਂਦੇ ਸੁੱਤਾ, ਪਿਛਲੇ ਸਾਲ ਕੀ ਹੋਇਆ ਕਿ ਇੱਕ ਨਿਹੰਗ ਸਿੰਘ ਨੇ ਜਿਹੜੇ ਟੋਪੀਆਂ ਪਾ ਕੇ ਅੰਦਰ ਮੱਥਾ ਟੇਕਣ ਜਾ ਰਹੇ ਸਨ, ਉਹਨਾਂ ਦੀਆਂ ਟੋਪੀਆਂ ਲਾਈਆਂ ਜਥੇਦਾਰ ਨੇ, ਉਹਨਾਂ ਦੀਆਂ ਟੋਪੀਆਂ ਲਾਈਆਂ, ਉਹਨਾਂ ਦੇ ਨਾਲ ਖੜੋਤਾ ਕੇ ਇਹ ਗਲਤ ਕੰਮ ਕੀਤਾ, ਟੋਪੀਆਂ ਨਹੀਂ ਸੀ ਲਾਉਣੀਆਂ ਚਾਹੀਦੀਆਂ। ਮਨਮੱਤ ਨੂੰ ਇਹ ਲੋਕ ਸ਼ਹਿ ਦੇ ਰਹੇ ਨੇ, ਕਿਉਂਕਿ AC ਗੱਡੀਆਂ AC ਕਮਰੇ ਨੇ ਜਿਨ੍ਹਾਂ ਦੇ ਫਰਜ਼ ਉਹਦੇ ਆਪ ਫਰਜ਼ਾਂ ਤੋਂ ਭਜਾਉਂਦੇ ਨੇ। ਅੱਜ ਇਹ ਘਟਨਾ ਦੇ ਸੰਬੰਧ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸ਼੍ਰੋਮਣੀ ਕਮੇਟੀ ਵੀ ਅਸਤੀਫੇ ਦੇਣ ਅਤੇ ਨਾਲ ਜਿਹੜੇ ਜਥੇਦਾਰ ਉੱਥੇ ਬਾਦਲ ਦੇ
ਤਖਤਾਂ ਦੇ ਦੋ ਜਥੇਦਾਰ ਚਲਾਵੇ ਇਹਨਾਂ ਨੂੰ ਸਰਕਾਰ ਤੇ ਵਾਧੂ ਧਰਤੀ ਉੱਤੇ ਭਾਰ ਤੇ ਇਹਨਾਂ ਨੂੰ ਲਾਉਣਾ ਪੈਣਾ ਹੈ ਤੇ ਪਿੰਡਰਾਂ ਵਾਲਿਆ ਬੱਬਰਾ ਸ਼ੇਰਾ ਤੈਨੂੰ ਆਉਣਾ ਪੈਣਾ ਹੈ। ਮੇਰੀ ਸੰਗਤ ਨੂੰ ਬੇਨਤੀ ਹੈ, ਇਹ ਬਿਲਕੁਲ ਨਾਕਾਮ ਹੋ ਚੁੱਕੇ ਜੇ, ਆਓ ਤਕੜੇ ਹੋ ਕੇ ਆਪਾਂ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਹੈ ਉਹਨੂੰ ਯਾਦ ਕਰਾਈਏ। ਇਹ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ, ਸਾਡੇ ਪੁਰਖਾਂ ਦਾ ਹੈ, ਇਹ ਨਹੀਂ ਕਿ ਬਾਦਲ ਪਰਿਵਾਰ ਦੇ ਕੋਲ ਚਲ ਗਿਆ, ਉਹਨਾਂ ਦਾ ਨਹੀਂ ਹੈ, ਉਹਨਾਂ ਨੇ ਕੌਮ ਨੂੰ ਦਾਗ ਲਾ ਦਿੱਤਾ ਹੈ। ਆਓ ਆਪਾਂ ਹੁਣ ਸਾਰੇ ਫੜ ਕੇ ਸਲਾਖਾਂ ਦੇ ਅੰਦਰ ਸੁੱਟ ਦੇਣ, ਜੇਕਰ ਨਾ ਸੁੱਟਿਆ ਤਾਂ ਫਿਰ ਇਹ ਜਿਹੜੀਆਂ ਜਥੇਬੰਦੀਆਂ ਨੇ ਨਿਸ਼ਕਾਮ ਸੇਵਾ ਕਰਨ ਵਾਲੀਆਂ ਇਹ ਅੱਗੇ ਆਉਣਗੀਆਂ ਅਤੇ ਪ੍ਰਸ਼ਾਸਨ ਨੂੰ ਚਲਾਉਣਾ ਔਖਾ ਹੋ ਜੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸ ਕੇ ਆਪਣਾ ਨਾਮ ਦੱਸ ਦਿਓ ਜੀ, ਅਤੇ ਕਿਸ ਤਰ੍ਹਾਂ ਵੇਖਦੇ ਸਾਰੇ ਐਪੀਸੋਡ ਨੂੰ, ਕੀ ਤੁਸੀਂ ਉੱਥੇ ਗਏ ਸੀਗੇ ਜਾਂ ਕੀ ਤੁਹਾਡੀ ਕੀ ਵਿਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਂ ਤਰਲੋਚਨ ਸਿੰਘ ਸੋਹਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਸੇਵਾਦਾਰ। ਜੋ ਪਿਛਲੇ ਦਿਨੀ ਆ ਘਟਨਾ ਹਿਰਦੇ ਉਲੂੰਦਰ ਵਾਲੀ ਵਾਪਰੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿੱਚ, ਉਹ ਬਹੁਤ ਦੁਖਦਾਈ ਘਟਨਾ ਵਾ। ਉਸ ਵਿਸ਼ੇ 'ਤੇ ਸਾਰਾ ਚਿੰਤਾ ਦਾ ਵਿਸ਼ਾ ਬਣਿਆ ਹੈ ਕਿ ਕਹਿਣਾ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਆ, ਬਿਲਕੁਲ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਜਿਹੜੀ ਆ ਉਹ ਵੀ ਇਸ ਚੀਜ਼ 'ਤੇ ਨਾਕਾਮ ਆ, ਕਿਉਂਕਿ ਇਹਨਾਂ ਨੂੰ ਸਖਤੀ ਦੇ ਨਾਲ ਜੋ ਕੁਝ ਚੱਲ ਰਿਹਾ, ਜੋ ਪੰਜਾਬ ਦੇ ਵਿੱਚ ਹੋ ਰਿਹਾ ਵਾ, ਜਾਂ ਤਾਂ ਜਾਣ ਬੁੱਝ ਕੇ ਹੀ ਕੀਤਾ ਜਾ ਰਿਹਾ ਵਾ, ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਸਤੇ ਇੱਥੇ ਸਰਕਾਰ ਸਖਤ ਕਿਉਂ ਨਹੀਂ ਹੁੰਦੀ? ਦੂਜੀ ਗੱਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ, ਜਿਵੇਂ ਕਿ ਆਪ ਜੀ ਨੇ ਵਚਨ ਕੀਤਾ ਹੈ ਕਿ ਭਾਈ ਮਨਜੀਤ ਸਿੰਘ ਹੋਣਾ ਨੇ ਮੰਗ ਪੱਤਰ ਦਿੱਤਾ ਸਿੰਘ ਸਾਹਿਬ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ। ਮੰਗ ਪੱਤਰ ਪਹਿਲਾਂ ਵੀ ਬਹੁਤ ਜਾਰੀ ਹੋ ਚੁੱਕੇ ਆ, ਪਰ ਇਹਨਾਂ ਨੇ ਮੰਗ ਪੱਤਰ ਆਪਣਾ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਜਾਰੀ ਹੋ ਚੁੱਕੇ ਆ, ਹੁਕਮਨਾਮੇ ਜਾਰੀ ਹੋ ਚੁੱਕੇ ਆ, ਪਰ ਉਹਨਾਂ ਨੂੰ ਲਾਗੂ ਕਿੰਨੇ ਕਰਨਾ, ਜਿਸ ਤਰ੍ਹਾਂ ਭਾਈ ਬਲਬੀਰ ਸਿੰਘ ਹੋਣਾ ਨੇ ਦੱਸਿਆ, ਲਾਗੂ ਨਹੀਂ ਕਰ ਰਹੇ। ਦੁੱਖ ਦੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਇਤਿਹਾਸਕ ਸਾਡੇ ਅਸਥਾਨ ਆ, ਬਹੁਤ ਥਾਵਾਂ 'ਤੇ ਜਿੰਨੇ ਵੀ ਜੋੜ ਮੇਲੇ ਹੁੰਦੇ ਆ, ਕਿਉਂਕਿ ਅਸੀਂ ਜਾਣਾ ਹੁੰਦਾ ਇਹ ਸ਼ਰਧਾ ਭਾਵਨਾ ਦੇ ਕੇਂਦਰ ਨੇ, ਅਤੇ ਸ਼ਰਧਾ ਭਾਵਨਾ ਲੈ ਕੇ ਅਤੇ ਪਰਮਾਤਮਾ ਦੇ ਕੋਲੋਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗਣ ਵਾਸਤੇ। ਪਰ ਅੱਜ ਕੱਲ੍ਹ ਜਿਹੜਾ ਵਾ ਮੁੰਡਿਆਂ ਦੇ ਵਿੱਚ ਜਾਂ ਨੌਜਵਾਨੀ ਦੇ ਵਿੱਚ ਜੋ ਬਦਲਾਅ ਆਇਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਚਾਰ ਕਰਕੇ ਦੱਸਣਾ ਸੀ ਪਿੰਡਾਂ ਦੇ ਵਿੱਚ ਕਿ ਤੁਸੀਂ ਅਨੰਦਪੁਰ ਸਾਹਿਬ ਜਾਣਾ ਵਾ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ 'ਤੇ ਜਾਣਾ ਵਾ, ਜਾਂ ਤੁਸੀਂ ਮੁਕਤਸਰ ਸਾਹਿਬ ਜਾਣਾ ਵਾ, ਜਾਂ ਤੁਸੀਂ ਹਰਿਮੰਦਰ ਸਾਹਿਬ ਜਾਣਾ ਵਾ, ਉੱਥੋਂ ਜਾਣ ਦੀ ਮਾਣ ਮਰਿਆਦਾ ਕੀ ਆ? ਉਹ ਦੱਸਣੀ ਕਿੰਨੇ ਸੀਗੀ? ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਣੀ ਸੀ, ਅਤੇ ਇਹਨਾਂ ਦੇ ਮੈਂਬਰ ਜਿਹੜੇ ਆ ਮੋਟੀਆਂ ਮੋਟੀਆਂ ਤਨਖਾਹਾਂ ਵੀ ਲੈਂਦੇ ਆ, ਪੈਸੇ ਲੈਂਦੇ ਆ, ਫਿਰ ਇਹਨਾਂ ਦੀਆਂ ਪ੍ਰਚਾਰਕ ਜਿਹੜੇ ਇਹਨਾਂ ਦੇ ਥਾਵਾਂ ਥਾਵਾਂ 'ਤੇ ਲੱਗੇ ਉਹ ਵੀ ਬੜੀਆਂ ਮੋਟੀਆਂ ਤਨਖਾਹਾਂ ਲੈਂਦੇ ਆ, ਗੁਰੂ ਦੀ ਗੋਲਕ ਦੇ ਭਾਰ ਆ, ਪਰ ਉਹਨਾਂ ਨੇ ਇਹਨਾਂ ਨੂੰ ਨੌਜਵਾਨਾਂ ਨੂੰ ਦੱਸਿਆ ਤੱਕ ਨਹੀਂ। ਜੇਕਰ ਪਿਛਲੇ ਦਿਨੀ ਆਪਾਂ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ, ਇੱਥੇ ਇੱਕ ਵੀਡੀਓ ਵਾਇਰਲ ਹੋਈ ਕਿ ਉਹ ਜਨਾਨੀ ਦੀ ਗੱਲ ਕਰਦਾ ਇੱਥੇ ਕਮਰਿਆਂ ਦੇ ਵਿੱਚ, ਕਿਉਂਕਿ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਨੂੰ ਜਾਗਰੂਕ ਕਿੰਨੇ ਕਰਨਾ, ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਜਾਗਰੂਕ ਕਿੰਨੇ ਕਰਨਾ, ਉਹ ਕਿੰਨੇ ਦੱਸਣਾ, ਜ਼ਿੰਮੇਵਾਰ ਕੌਣ ਆ? ਸਾਡੀ ਸੰਸਥਾ ਵਾ ਜਿਹਨੂੰ ਬਹੁਤ ਵੱਡਾ ਫੰਡ ਜਿਹੜਾ ਵਾ ਸਿੱਖ ਸੰਗਤਾਂ ਮੱਥੇ ਦੇ ਰੂਪ ਗੋਲਕ ਦੇ ਵਿੱਚ ਪਾ ਕੇ ਦਿੰਦੀਆਂ ਵਾ, ਜਿਹਨਾਂ ਦੇ ਨਾਲ ਪ੍ਰਬੰਧ ਚੱਲਣਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਪਰ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਇਹ ਕੀ ਕਹਿ ਰਹੇ ਆ? ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਉੱਥੋਂ ਸਟੇਜ ਤੋਂ ਇੱਕ ਅਨਾਊਂਸਮੈਂਟ ਕਰ ਰਹੇ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਵਾ ਉਹ ਇਹ ਸਾਨੂੰ ਬਦਨਾਮ ਕਰ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਕਿ ਬਦਨਾਮ ਕੋਈ ਕਰ ਰਿਹਾ ਕਿ ਅਸੀਂ ਖੁਦ ਹੀ ਕਰ ਰਹੇ ਹਾਂ, ਕਿਉਂਕਿ ਬਹੁਤ ਥਾਵਾਂ 'ਤੇ ਬਹੁਤ ਵੀਡੀਓ ਆ ਗਈਆਂ ਇਹਨਾਂ ਦੀਆਂ ਪ੍ਰਚਾਰ ਮੈਂਬਰਾਂ ਦੀਆਂ ਸ਼੍ਰੋਮਣੀ ਕਮੇਟੀ ਦੀਆਂ, ਜਿਹੜੇ ਘਰਾਂ ਦੇ ਵਿੱਚ ਇਹ ਸ਼ਰਾਬ ਜਦੋਂ ਆਪਣੇ ਘਰਾਂ ਦੇ ਵਿੱਚ ਇਹ ਕੰਮ ਕਰਦੇ ਨੇ, ਡੀਜੇ ਲਾਉਂਦੇ ਨੇ, ਨੱਚਦੇ ਨੇ, ਜਦੋਂ ਮੈਂਬਰ ਨੱਚਦੇ ਨੇ ਪ੍ਰਚਾਰਕਾਂ ਦੇ ਘਰਾਂ ਦੇ ਵਿੱਚ ਇਹ ਕੰਮ ਹੁੰਦਾ, ਤਾਂ ਫਿਰ ਆਮ ਸੰਗਤ 'ਤੇ ਕੀ ਅਸਰ ਪੈਂਦਾ? ਆਮ ਸੰਗਤ 'ਤੇ ਇਹੀ ਕੰਮ ਕਰੂਗੀ ਨਾ। ਪਰ ਇਹਨਾਂ ਨੇ ਇਹ ਜਿਹੜਾ ਵਾ ਸਾਰਾ ਸਾਰੇ ਜ਼ਿੰਮੇਵਾਰ ਇਹ ਨੇ। ਹੁਣ ਇਹਨਾਂ ਨੇ ਇਹ ਗੱਲ ਤਾਂ ਕਹਿਤੀ ਵੀ ਅਸੀਂ ਇਹ 10 ਸਾਲ ਤੋਂ ਲੈ ਕੇ ਸਾਡੇ ਕੋਲ ਲਿਖਤਾਂ ਵਾਂ ਜਿਹੜੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੋ ਵੱਖਰੇ ਥਾਵਾਂ 'ਤੇ ਅਤੇ ਫਿਰ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦਿੰਦੇ ਰਹੇ ਹਾਂ ਵੀ ਆਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਬਹੁਤ ਥਾਵਾਂ 'ਤੇ। ਜਦੋਂ ਇਹਨਾਂ ਨੇ ਉੱਥੋਂ ਦੀ ਜਿਹੜੀ ਜਿੱਥੇ ਜੋੜ ਮੇਲਾ ਹੁੰਦਾ ਉੱਥੋਂ ਦੀ ਬਹੁਤ ਕਰੋੜਾਂ ਰੁਪਈਆਂ ਦਾ ਫੰਡ ਇਹ ਦੁਕਾਨਾਂ ਵਾਲਿਆਂ ਤੋਂ ਲੈਂਦੇ ਆ, ਦੁਕਾਨਾਂ ਵਾਲਿਆਂ ਤੋਂ ਫੰਡ ਲੈ ਕੇ ਫਿਰ ਉਹ ਆਪਣੀ ਮਰਜ਼ੀ ਨਾਲ ਉੱਥੇ ਦੁਕਾਨਾਂ ਟਿੱਕੀਆਂ ਵਾਲੀਆਂ, ਸੁੱਖੇ ਵਾਲੀਆਂ, ਭੰਗ ਵਾਲੀਆਂ, ਸ਼ਰਾਬਾਂ ਵਾਲੀਆਂ, ਨਚਾਉਣ ਡਾਂਸਰਾਂ ਵਾਲੀਆਂ, ਉੱਥੇ ਮੌਤ ਦੇ ਖੂਹ, ਉੱਥੇ ਪੰਗੂਰੇ ਵੜੇ ਵੜੇ, ਉੱਥੇ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਕਿ ਉਹ ਜਿਹੜਾ ਸਥਾਨ ਆ ਧਾਰਮਿਕ ਸ਼ਰਧਾ ਦਾ ਕੇਂਦਰ ਆ, ਪਰ ਉਹਨੂੰ ਹੋਰ ਮਨੋਰੰਜਨ ਇਹਨਾਂ ਨੇ ਜਿਹੜਾ ਵਾ ਬਣਾ ਦਿੱਤਾ ਗਿਆ, ਪਰ ਉਹਦੇ ਜ਼ਿੰਮੇਵਾਰ ਸਿੱਧੇ ਸਿੱਧੇ ਆ, ਕਿਉਂਕਿ ਕਰੋੜਾਂ ਰੁਪਈਆ ਦਾ ਉਹਨਾਂ ਕੋਲ ਹੀ ਠੇਕਾ ਇਕੱਠਾ ਕਰਦੇ ਆ ਜਿਹੜੇ ਦੁਕਾਨਾਂ ਵਾਲਿਆਂ ਕੋਲ। ਇਹ ਠੇਕਾ ਨਾ ਲੈਣ, ਉਹਨਾਂ ਦੇ ਸਖਤੀ ਨਾ ਕਹਿਣ ਵੀ ਅਸੀਂ ਆਹ ਦੁਕਾਨ ਨਹੀਂ ਲੱਗਣ ਦੇਣੀ, ਆਹ ਮਨੋਰੰਜਨ ਦਾ ਸਿਸਟਮ ਨਹੀਂ ਚੱਲਣ ਦੇਣਾ। ਇਹ ਲੋਕ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਜਾਗਰੂਕ ਨਹੀਂ ਕੀਤਾ, ਉਹਨਾਂ ਨੇ ਉੱਥੇ ਜਾ ਕੇ ਮਨੋਰੰਜਨ ਦਾ ਸਿਸਟਮ ਬਣਾ ਕੇ, ਅਤੇ ਜਿਹੜੇ ਗੁਰੂ ਭਾਵਨਾ ਵਾਲੇ ਆ ਪ੍ਰਦੀਪ ਸਿੰਘ ਵਰਗੇ ਜਿਹੜੇ ਗੁਰਸਿੱਖ ਜਾਂਦੇ ਆ ਉਹਨਾਂ ਦੇ ਮਨ ਨੂੰ ਦੁੱਖ ਪਹੁੰਚਦਾ, ਜਦੋਂ ਕਿਸੇ ਨੂੰ ਡੱਕਦੇ ਆ ਫਿਰ ਉੱਥੇ ਲੜਾਈ ਦਾ ਝਗੜੇ ਦਾ ਕੇਂਦਰ ਬਣਦਾ ਉਹ ਸਿਸਟਮ।
ਉਹਦੇ ਵਿੱਚ ਕੀ ਆ ਕਿ ਜਿਹੜੀ ਸਰਕਾਰ ਆ ਸਰਕਾਰ ਵੀ ਇਹ ਆਪਣਾ ਪੱਲਾ ਨਾ ਝਾੜੇ ਕਿਉਂਕਿ ਸਰਕਾਰ ਵੀ ਦੋਸ਼ੀ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਦੋਂ ਇੱਥੋਂ ਬੰਦੇ ਜਾਂਦੇ ਨੇ ਉਹ ਉਹਨਾਂ ਨੂੰ ਰਸਤੇ 'ਚ ਰੋਕ ਕੇ ਉਹਨਾਂ ਦਾ ਪ੍ਰਬੰਧ ਕਰਨਾ ਇਹ ਪ੍ਰਸ਼ਾਸਨ ਦਾ ਵੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਇਹ ਸਰਕਾਰ ਜਿਹੜੀ ਆਪਣਾ ਪੱਲਾ ਨਹੀਂ ਝਾੜ ਸਕਦੀ ਪਰ ਇਹ ਪੰਜਾਬ ਦੇ ਵਿੱਚ ਤਾਂ ਇੰਨੀਆਂ ਇੰਨੀਆਂ ਘਟਨਾਵਾਂ ਹੋ ਚੁੱਕੀਆਂ ਵਾ ਬੜੀ ਦੁੱਖ ਦੀ ਗੱਲ ਆ ਅਤੇ ਬੜੀ ਸੋਚਣ ਵਾਲੀ ਗੱਲ ਆ ਜੇ ਸਰਕਾਰ ਵਾਕਿਆ ਹੀ ਚਾਹੁੰਦੀ ਆ ਕਿ ਮੈਂ ਪੰਜਾਬ ਦੇ ਨਾਲ ਅਸੀਂ ਉਹ ਡੀਂਗਾਂ ਮਾਰ ਕੇ ਵੱਡੀਆਂ ਵੱਡੀਆਂ ਸਟੇਜਾਂ ਤੋਂ ਕਹਿੰਦੇ ਅਸੀਂ ਪੰਜਾਬ ਦੇ ਨਾਲ ਪਿਆਰ ਕਰਦੇ ਹਾਂ ਜੇਕਰ ਪੰਜਾਬ ਦੇ ਨਾਲ ਪਿਆਰ ਕਰਦੇ ਆ ਤਾਂ ਇਹਨਾਂ ਚੀਜ਼ਾਂ 'ਤੇ ਸੋਚਣ ਦੀ ਲੋੜ ਆ ਹੁਣ ਅਗਲਾ ਜਿਹੜਾ ਸਟੈਪ ਹੈ ਜੀ ਉਹ ਸਰਕਾਰ ਕਮੇਟੀ ਦਾ ਕੀ ਹੋਊਗਾ ਬਿਲਕੁਲ ਪਹਿਲਾਂ ਤਾਂ ਅਸੀਂ ਸਾਰੇ ਆਪਸ ਵਿੱਚ ਗੁਰਮਤਾ ਕਰਕੇ ਜੇਕਰ ਇਸ ਚੀਜ਼ ਦੇ ਮਾਹੌਲ 'ਤੇ ਕਿਉਂਕਿ ਲਿਖਤੀ ਤਾਂ ਅਸੀਂ ਇਹਨਾਂ ਨੂੰ ਬਹੁਤ ਦੇ ਚੁੱਕੇ ਹਾਂ ਸਰਕਾਰ ਨੂੰ ਵੀ ਦੇ ਚੁੱਕੇ ਹਾਂ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੇ ਚੁੱਕੇ ਹਾਂ ਇਹਨਾਂ ਨੇ ਕੁਝ ਇਹਦੇ 'ਤੇ ਜਿਹੜੀ ਕਾਰਵਾਈ ਕੀਤੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਿੰਘਾਂ ਨਾਲ ਗੁਰਮਤਾ ਕਰਕੇ ਅਗਲਾ ਜਿਹੜਾ ਕੋਈ ਜਿਸ ਤਰ੍ਹਾਂ ਧਾਰਮਿਕ ਵੱਡਾ ਜੋੜ ਮੇਲਾ ਹੋਊਗਾ ਉਹਦੇ 'ਤੇ ਸਾਰੇ ਸਿੰਘ ਜਿਹੜਾ ਉਹ ਪਹਿਰਾ ਦੇਣ ਦਾ ਯਤਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।